ਬਣਿਆ ਉੱਥੇ ਸਾਡਾ ਪਠਾਇਆ ਤੇ ਇੱਥੇ ਰਿਹਾਇਸ਼ ਵੱਖਰੀ ਰੱਖੀ ਹੋਈ ਆ ਤੇ ਅਸੀਂ ਕੱਲ ਆਪਣੇ ਪੱਠੇ ਤੇ ਉੱਥੇ ਰਿਹਾਇਸ਼ ਆ ਉੱਥੇ ਅਸੀਂ ਕੱਲ ਸ਼ਾਮ ਨੂੰ ਅਸੀਂ 5 ਵਜੇ ਨਾ ਗਏ ਆ ਤੇ ਉਸ ਤੋਂ ਬਾਅਦ ਆਪਾਂ ਸਵੇਰੇ 9 ਵਜੇ ਇੱਥੇ ਆਏ ਆ ਆਣ ਕੇ ਵੇਖਿਆ ਵਾ ਤੇ ਲਾਗ ਟੁੱਟੇ ਹੋਏ ਆ ਤੇ ਸਾਰਾ ਸਮਾਨ ਖਿੰਦਰਿਆ ਹੋਇਆ ਪੈਂਦਿਆਂ ਵੇਖਿਆ ਵਾ ਤੇ LCD ਨਹੀਂ ਆ ਲੈਪਟਾਪ ਨਹੀਂ ਆ ਤੇ ਉਸ ਤੋਂ ਬਾਅਦ ਜੇ ਅਲਮਾਰੀਆਂ ਦੇ ਲਾਕਰ ਵੇਖਿਆ ਤਾਂ ਉੱਥੇ ਸੋਨਾ ਸੀ 15 ਤੋਲੇ ਸੋਨਾ ਸੀ ਉਹ ਵੀ ਗਾਇਬ ਆ 60,000 ਰੁਪਇਆ ਕੈਸ਼ ਸੀ ਹੋਰ ਨਿੱਕਾ ਮੋਟਾ ਸਮਾਨ ਸੀ ਜਿਹਦਾ ਸਾਨੂੰ ਮਤਲਬ ਅਜੇ ਜਾਣਕਾਰੀ ਨਹੀਂ ਆ ਅਤੇ ਉਹ ਸਾਰਾ ਸਮਾਨ ਜਿਹੜਾ ਵਾ ਉਹ ਚੋਰੀ ਹੋ ਗਿਆ ਇੱਥੋਂ ਤੱਕ ਕਿ ਕੀਮਤੀ ਟੁੱਟੀਆਂ ਵੀ ਨਿਕੀਆਂ ਛੱਡੀਆਂ ਹੈਗੀਆਂ ਕੀਮਤੀ ਟੁੱਟੀਆਂ ਵੀ ਤੋੜ ਕੇ ਲਾਹ ਕੇ ਲੈ ਗਏ ਆ ਹੋਰ ਪਤਾ ਨਹੀਂ ਕੀ ਸਮਾਨ ਹੈਗਾ ਵਾ ਜਿਹੜਾ ਮੇਰੀ ਗਿਣਤੀ ਤੋਂ ਬਾਹਰ ਆ ਅਤੇ ਹਾਂਜੀ ਉਸ ਤੋਂ ਬਾਅਦ ਅਸੀਂ ਫਿਰ ਮਤਲਬ ਲਾਗੋਂ ਗੁਆਂਢੀਆਂ ਨੂੰ ਲੈ ਕੇ ਦੱਸਿਆ ਵਾ ਅਤੇ ਫਿਰ ਆਪਾਂ ਪੁਲਿਸ ਨੂੰ ਰਿਪੋਰਟ ਕੀਤੀ ਆ ਅਤੇ ਉਹ ਵੈਰੀਫਿਕੇਸ਼ਨ ਕਰ ਰਹੇ ਆ ਹਾਂਜੀ ਲਗਭਗ ਤਾਂ ਮੇਰੇ ਹਿਸਾਬ ਨਾਲ 8-10 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਜੀ ਸਾਨੂੰ ਉਹਨਾਂ ਦੱਸਿਆ ਵੀ ਅਸੀਂ ਪਿੰਡ ਆਪਣੇ ਗਏ ਹੋਏ ਸੀਗੇ ਕੋਠੀ 'ਚ ਤਾਲੇ ਬੰਦ ਸੀਗੇ ਆਧਾਰ ਕੋਠੀ 'ਚ ਕੋਈ ਨਹੀਂ ਸੀ ਅਤੇ ਆਂਢੀ ਗੁਆਂਢੀ ਵੀ ਨਹੀਂ ਕਿਤੇ ਗਏ ਸੀਗੇ ਅਤੇ ਸਵੇਰੇ ਅਸੀਂ ਜਦੋਂ ਆਏ ਤਾਂ ਆਣ ਕੇ ਪਤਾ ਲੱਗਾ ਵੀ ਸਾਡੀ ਕੋਠੀ ਵਿੱਚ ਸਮਾਨ ਚੋਰੀ ਹੋ ਗਿਆ ਅਤੇ ਚੈੱਕ ਕਰਨ 'ਤੇ ਇਹਨਾਂ ਨੇ ਦੱਸਿਆ ਵੀ 15 ਤੋਲੇ ਸੋਨਾ ਕਮੁੰਦਰੀਆਂ ਅਤੇ ਜੇਵਰ ਲੈ ਗਏ ਆ ਅਤੇ 60,000 ਰੁਪਇਆ ਕੈਸ਼ ਲੈ ਗਏ ਆ ਅਤੇ ਬਾਕੀ ਅਸੀਂ ਮੌਕੇ 'ਤੇ ਪਹੁੰਚੇ ਹਾਂ ਅਤੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਤਾ ਕਰ ਰਹੇ ਹਾਂ ਕਿ ਕੋਸ਼ਿਸ਼ ਇਹ ਹੋਏਗੀ ਸਾਡੀ ਵੀ ਜਿਹੜੀ ਚੋਰੀ ਹੈ ਜਲਦੀ ਜਲਦੀ ਅਸੀਂ ਬੰਦੇ ਫੜ ਲਾਂਗੇ ਕੋਈ ਬਰਾਮਦ ਕਰਾਂਗੇ CCTV ਕੈਮਰਾ ਕੋਈ ਨਹੀਂ ਹੈਗਾ ਇਹਨਾਂ ਦੇ ਘਰ ਨਹੀਂ ਲੱਗਾ ਹੈਗਾ ਮੈਂ ਪੁੱਛਿਆ ਇਹਨਾਂ ਨੂੰ ਕੋਈ ਕੈਮਰਾ ਲੱਗਾ ਵਾ ਕੋਈ ਕੈਮਰਾ ਨਹੀਂ ਲਾਇਆ ਇਹਨਾਂ ਨੇ